ਬੀਤੇ ਦਿਨ ਲੁਧਿਆਣਾ ਦੇ ਵਿੱਚ ਇੱਕ ਦਰਾਣੀ ਜਠਾਣੀ ਦੀ ਭਿਆਨਕ ਲੜਾਈ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋਵੇਂ ਚੂੜੇ ਵਾਲੀਆਂ ਇੱਕੋ ਘਰ ਦੀਆਂ ਨੂੰਹਾਂ ਆਪਸ ਦੇ ਵਿੱਚ ਖਿੱਚੋਤਣ ਕਰਦੀਆਂ ਨਜ਼ਰ ਆ ਰਹੀਆਂ ਸਨ ਤਸਵੀਰਾਂ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਵੀ ਹੋਈਆਂ ਹੁਣ ਇਸੇ ਮਾਮਲੇ ਦੇ ਵਿੱਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਐਕਸ਼ਨ ਲਿਆ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹਨਾਂ ਦਾ ਜੋ ਪੂਰੀ ਫੈਮਿਲੀ ਹੈ ਉਸ ਨੂੰ ਉਹਨਾਂ ਨੇ ਬੁਲਾਇਆ ਦੋਹਾਂ ਨੂੰਹਾਂ ਦੀ ਉਹ ਗੱਲ ਜਾਣਨਗੇ ਪੱਖ ਜਾਣਨਗੇ ਕਿਉਂਕਿ ਬੇਹੱਦ ਖਰਾਬ ਲੱਗਦਾ ਜਦੋਂ ਪਰਿਵਾਰ ਦੇ ਅਜਿਹੇ ਝਗੜੇ ਬਾਹਰ ਆਉਂਦੇ ਨੇ ਔਰ ਇਸ ਦਰਮਿਆਨ ਪਰਿਵਾਰ ਦੇ ਵਿੱਚ ਕਲੇਸ਼ ਹੁੰਦਾ ਉਹਦੇ ਬਾਅਦ ਪਰਿਵਾਰ ਬਿਖਰ ਜਾਂਦੇ ਨੇ ਇਸ ਲਈ ਮਨੀਸ਼ਾ ਗੁਲਾਟੀ ਐਕਸ਼ਨ ਦੇ ਵਿੱਚ ਆਏ ਨੇ ਅਤੇ ਉਹਨਾਂ ਨੇ ਕਿਹਾ ਕਿ ਉਹ ਜਲਦ ਇਹਨਾਂ ਦੋਹਾਂ ਨੂੰਹਾਂ ਨੂੰ ਵੀ ਆਪਣੇ ਕੋਲ ਬੁਲਾਉਣਗੇ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਆਪਣੇ ਕੋਲ ਬੁਲਾ ਕੇ ਪੂਰੀ ਗੱਲ ਪੂਰਾ ਮਾਮਲਾ ਸਮਝਣਗੇ ਅਤੇ ਉਹਦੇ ਬਾਅਦ ਇਹਨਾਂ ਨੂੰ ਸਮਝਾਉਣਗੇ ਵੀ ਅਤੇ ਜੇਕਰ ਕਿਸੇ ਕਾਰਵਾਈ ਦੀ ਲੋੜ ਹੋਈ ਤਾਂ ਉਹ ਵੀ ਕੀਤੀ ਜਾਏਗੀ ਮਨੀਸ਼ਾ ਗੁਲਾਟੀ ਨੇ ਵੀਡੀਓ ਦੇਖੀ ਉਸ ਦੇ ਬਾਅਦ ਉਹਨਾਂ ਨੇ ਇਹ ਐਕਸ਼ਨ ਲਿਆ ਕੱਲ੍ਹ ਲੁਧਿਆਣਾ ਵਿੱਚ ਇੱਕ ਮੈਂ ਵੀਡੀਓ ਦੇਖਿਆ ਸੋਸ਼ਲ ਮੀਡੀਆ 'ਤੇ ਦੋ ਚੂੜਾ ਪਾਈ ਕੁੜੀਆਂ ਨੂੰ ਮੀਡੀਆ ਦਿਖਾ ਰਹੀ ਸੀ ਆਪਸ ਵਿੱਚ ਲੜਦੇ ਹੋਏ ਕਈ ਵਾਰੀ ਸਮਾਜ ਦੇ ਲੋਕ ਜਜਮੈਂਟਲ ਹੁੰਦੇ ਨੇ ਸੋਸ਼ਲ ਮੀਡੀਆ ਤੇ ਜਦੋਂ ਲੋਕੀ ਇਹ ਦਿਖਾ ਉਹ ਸੋਸ਼ਲ ਮੀਡੀਆ ਨੇ ਕਵਰ ਨਹੀਂ ਕੀਤਾ ਸੋਸ਼ਲ ਮੀਡੀਆ ਕਿਸੇ ਦੇ ਘਰ 'ਚ ਵੜ ਕੇ ਇਹ ਪਰਿਵਾਰਿਕ ਇਹ ਕਿਸੇ ਪਰਿਵਾਰ ਦੇ ਮੈਂਬਰ ਦਾ ਇਹ ਬੁਲਾ ਰਹੀਆਂ ਉਹਨਾਂ ਦੋਨਾਂ ਲੜਕੀਆਂ ਨੂੰ ਇੱਥੇ ਉਹਨਾਂ ਦੋਵਾਂ ਕੁੜੀਆਂ ਦੇ ਘਰ ਵਾਲਿਆਂ ਨੂੰ ਇੱਥੇ ਉਹਨਾਂ ਦੀ ਨਕੇਲ ਕੱਸੀ ਜਾਏਗੀ ਕਿ ਤੁਸੀਂ ਜਦੋਂ ਵਿੱਚੋਂ ਮਾਂ ਨੂੰ ਵੀ ਛੁਡਾਉਂਦੇ ਦੇਖਿਆ ਕਿ ਤੁਸੀਂ ਸਾਡੇ ਸਮਾਜ ਨੂੰ ਕੀ ਮੈਸੇਜ ਦੇ ਰਹੀਆਂ ਨਵੀਆਂ ਵਿਆਹੀਆਂ ਕੁੜੀਆਂ ਤੁਹਾਡੀ ਪਰਵਰਿਸ਼ ਤੇ ਸਵਾਲ ਹੈ ਇੱਕ ਦੂਜੇ ਦੇ ਬੋਲ ਬਾਲ ਕੁੱਟ ਕੇ ਜਿਨ੍ਹਾਂ ਦੇ ਨਾਲ ਵਿਆਹ ਕੇ ਆਈ ਹੋ ਉਹ ਮੁੰਡੇ ਕੀ ਫਰਜ਼ ਨਿਭਾ ਰਹੇ ਨੇ ਕਿਆ ਸ਼ਾਦੀ ਨੂੰ ਇੱਕ ਖੇਲ ਸਮਝਿਆ ਹੋਇਆ ਕੀ ਮੈਸੇਜ ਦੇ ਰਹੇ ਹੋ ਕਿਆ ਲੁਧਿਆਣਾ ਪੁਲਿਸ ਨੂੰ ਚੱਕ ਕੇ ਲਿਆਓ ਇਹਨਾਂ ਨੂੰ ਕੱਲ ਮੈਂ ਦੱਸਾਂਗੀ ਕਿ ਸਾਡੇ ਸਮਾਜ ਨੂੰ ਸਾਡੇ ਯੂਥ ਨੂੰ ਕੀ ਮੈਸੇਜ ਦੇ ਰਹੇ ਹੋ ਉਮੀਦ ਕਰਦੀ ਹਾਂ ਜਿਹੜੀ ਮੈਂ ਤੁਹਾਨੂੰ ਸਭ ਨੂੰ ਅਪੀਲ ਕੀਤੀ ਹੈ ਜਿੱਥੇ ਜਿੰਦਾ ਕਨੈਕਸ਼ਨ ਹੈ ਇਹ ਉਹਨਾਂ ਲੋਕਾਂ ਲਈ ਮੈਸੇਜ ਹੈ ਕਿਉਂਕਿ ਇਹ ਸਿਸਟਮ ਨੂੰ ਸਿਰਫ ਜਾਣਦੇ ਨੇ ਇਹਨਾਂ ਨੂੰ ਸਭ ਪਤਾ ਹੈ ਕਿ ਕਿਹੜੀ ਚੀਜ਼ ਕਿੱਥੋਂ ਆਪਾਂ ਠੀਕ ਕਰ ਸਕਦੇ ਹਾਂ ਕਿਸ ਤਰ੍ਹਾਂ ਆਪਾਂ ਲੋਕਾਂ ਦਾ ਵੀ ਸਪੋਰਟ ਸਿਸਟਮ ਬਣ ਸਕਦੇ ਹਾਂ ਕੰਸਰਨ ਸਿਰਫ ਇੰਨਾ ਹੀ ਹੈ ਵਿਜ਼ਨ ਇੰਨਾ ਹੀ ਹੈ ਆਪਣੇ ਫਿਊਚਰ ਨੂੰ ਠੀਕ ਕਰਨ ਲਈ ਅੱਜ ਮੈਂ ਪੰਜਾਬ ਦਾ ਵਰਤਮਾਨ ਠੀਕ ਕਰਨਾ ਚਾਹੁੰਦੀ ਹਾਂ ਤੁਹਾਡੇ ਤੋਂ ਵੀ ਇਸੇ ਸਪੋਰਟ ਦੀ ਉਮੀਦ ਹੈ ਉਮੀਦ ਕਰਦੀ ਹਾਂ ਤੁਸੀਂ ਇਸੇ ਤਰ੍ਹਾਂ ਮੈਨੂੰ ਸਪੋਰਟ ਕਰਦੇ ਰਹਦੇ ਬਾਕੀ ਵਾਹਿਗੁਰੂ ਅੱਗੇ ਈਸ਼ਵਰ ਅੱਗੇ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਸਰ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕਰਦੀ ਰਹਿੰਦੀ ਹਾਂ ਤੁਹਾਡਾ ਦਿਨ ਸ਼ੁਭ ਹੋਏ ਜੈ ਹਿੰਦ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ 'ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ